और वड्डी खबर पाकिस्तान तो सांझी करदे आ, पाकिस्तान दे पूर्व प्रधानमंत्री इमरान खान साहब की क्या गिरफ्तारी हो सकती है। इस मामले च अहम बयान जिहड़ा दिता है पाकिस्तान दे इंटीरियर मिनिस्टर राणा सनाउल्ला खान साहब ने अज थर्सडे नूं किया हैगा कि FIA फैडरल इन्वेस्टिगेशन एजेंसी जिहड़ी हैगी आ इमरान खान साहब नूं गिरफ्तार कर सकदी आ जे उन्हां दे नाल जे उन्हां ने साइफर दे मामले च साडी इन्वेस्टिगेशन नूं कोऑपरेट नहीं कीता। ਇੱਥੇ ਅਸੀਂ ਦੱਸ ਦਈਏ ਕਿ ਹਾਲ ਹੀ ਦੇ ਵਿੱਚ ਇਮਰਾਨ ਖਾਨ ਸਾਹਿਬ ਦੇ ਜਿਹੜੇ ਐਕਸ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨੇ ਅਲੈਜਡਲੀ ਇੱਕ ਕਬੂਲਨਾਮਾ ਕੀਤਾ, ਕਨਫੈਸ਼ਨ ਕੀਤੀ ਹੈ ਜੋ ਵੈਂਸਡੇ ਦੇ ਦਿਨ ਬਾਹਰ ਆਈ ਸੀ, ਜਿਸ ਦੇ ਵਿੱਚ ਕਿ ਉਹਨਾਂ ਨੇ ਕਿਹਾ ਹੈ, ਅਲੀਗੇਸ਼ਨ ਲਗਾਇਆ ਇਮਰਾਨ ਖਾਨ ਸਾਹਿਬ ਦੇ ਐਕਸ ਪ੍ਰਿੰਸੀਪਲ ਸੈਕਟਰੀ ਨੇ ਉਹਨਾਂ ਨੇ ਕਿਹਾ ਹੈਗਾ ਕਿ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਸਾਈਫਰ ਦਾ ਜਿਹੜਾ ਮਾਮਲਾ ਹੈਗਾ ਉਹ ਸਿਰਫ ਪੋਲੀਟੀਕਲ ਮਾਈਗਰੇਜ ਲੈਣ ਲਈ ਔਰ ਮਿਲਟਰੀ ਦੇ ਖਿਲਾਫ ਇੱਕ ਨੈਰੇਟਿਵ ਬਿਲਡ ਕਰਨ ਲਈ ਇਹ ਸਾਰਾ ਕੁਝ ਕੀਤਾ ਸੀਗਾ ਔਰ ਇਹ ਕੌਨਫੀਡੈਂਸ਼ੀਅਲ ਡਾਕੂਮੈਂਟ ਜਿਹੜਾ ਉਹਨਾਂ ਨੇ ਗਲਤ ਤਰੀਕੇ ਨਾਲ ਉਹਦਾ ਇਸਤੇਮਾਲ ਜਿਹੜਾ ਉਹ ਕੀਤਾ ਹੈ। ਹੁਣ ਇਸ ਮਾਮਲੇ ਦੇ ਉੱਤੇ ਜਿੱਥੇ ਐਲੀਗੇਸ਼ਨਸ ਨੇ ਕਿ ਆਪਣਾ ਹੀ ਉਹਨਾਂ ਦਾ ਜਿਹੜਾ ਬੰਦਾ ਹੈਗਾ ਇਮਰਾਨ ਖਾਨ ਸਾਹਿਬ ਦਾ ਉਹ ਇੱਕ ਤਰ੍ਹਾਂ ਦਾ ਸਰਕਾਰੀ ਗਵਾਹ ਬਣ ਗਿਆ ਹੈਗਾ, ਸੋ ਇਸ ਤੋਂ ਬਾਅਦ FIA ਨੇ ਇਸ ਮਾਮਲੇ 'ਚ ਇਮਰਾਨ ਖਾਨ ਸਾਹਿਬ ਨੂੰ ਸਮਨ ਕੀਤੇ ਸੀਗੇ ਕਿ ਸਾਈਫਰ ਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜੇ ਤੁਸੀਂ ਕੋਪਰੇਟ ਨਹੀਂ ਕੀਤਾ ਤਾਂ ਫਿਰ ਤੁਹਾਡੀ ਗ੍ਰਿਫਤਾਰੀ ਜਿਹੜੀ ਹੈ ਹੋ ਜਾਏਗੀ। ਹੁਣ ਇਸ ਮਾਮਲੇ 'ਚ ਰਾਣਾ ਸਨਾਉਲਾ ਖਾਨ ਸਾਹਿਬ ਦਾ ਬਿਆਨ ਜਿਹੜਾ ਉਹ ਬੜਾ ਅਹਿਮ ਇਸ ਮਾਮਲੇ 'ਚ ਮੰਨਿਆ ਜਾ ਰਿਹਾ ਹੈ।